हाँ जी, गुरु स्टडी पॉइंट ते आप जी का स्वागत है जी। सो एनटीटी दी 83-93 पोस्टां दे बारे दे विच गलबात करांगे। एनटीटी 83-93 पोस्टां दे इश्तिहार नूं जल्दी कढ़वाउण लई एनटीटी फ्रैशर यूनियन वल्लों एक मैसेज कढ़िया गया सोशल मीडिया ते, तुसीं देख सकदे हो। ये मैसेज घूम रहा है, इहदे बाबत अपनी इहनां दे स्टेट कमेटी दे मैंबरां नाल गलबात भी हुई है फोन ते। सो उन्हां दे कहण मुताबक भी उह पहलां भी बहुत सारियां मीटिंगां कर चुके ने ते हुण भी उन्हां दी हरजोत बैंस जी नाल सिक्ख्या मंत्री नाल मीटिंग हो चुकी आ, जिहदे विच उन्हां वल्लों थोड़ा जिहा रुकण लई मतलब जिहा कह लो भी जल्दी इश्तिहार कढ़न दा जिहड़ा भरोसा नहीं दित्ता गया ते, पर इह जथेबंदी वल्लों ऐलान कीता गया भी इहदा इश्तिहार कढ़वाउण दे लई इकजुट हो रहे ने ते अगला एक्शन रखणगे। सो इहदा जिहड़ा प्रॉपर मैसेज है जथेबंदी दा जिहड़ा सोशल मीडिया ते आ रहा आपां उह तुहानूं सारा नोट करवा दिंदे आ। एनटीटी फ्रैशर यूनियन जिंदाबाद लिखिया होया, साथी उह मुख मंत्री भगवंत मान वल्लों विधान सभा दे विच 83-93 प्री प्रायमरी भर्ती नूं जल्दी पूरा करन दा बयान दित्ता गया सी, जिस ते हुण तक कोई कार्रवाई सिक्ख्या विभाग ते सरकार वल्लों नहीं कीती गई, जिस दे तहत एनटीटी फ्रैशर यूनियन सरकार दी 83-93 पोस्टां प्रति बेरुखी ਅਤੇ ਢਿੱਲੀ ਕਾਰਜਗਾਰੀ ਨੂੰ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਹੈ। ਸਾਰੇ ਫਰੈਸ਼ਰ ਯੂਨੀਅਨ ਦੇ ਸਾਥੀਆਂ ਨੂੰ ਅਪੀਲ ਹੈ 83-93 ਪ੍ਰੀ ਪ੍ਰਾਇਮਰੀ ਪੋਸਟਾਂ ਦਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਕਢਵਾਉਣ ਸੰਬੰਧੀ ਇੱਕਜੁੱਟ ਹੋਵੋ ਤਾਂ ਜੋ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਪ੍ਰੀ ਪ੍ਰਾਇਮਰੀ 83-93 ਪੋਸਟਾਂ ਦੇ ਬਿਆਨ ਨੂੰ ਜਲਦੀ ਪੂਰਾ ਕਰਵਾਇਆ ਜਾ ਸਕੇ, ਕਿਉਂਕਿ ਸਰਕਾਰ 83-93 ਪੋਸਟਾਂ ਨੂੰ ਕਈ ਹੋਰ ਆਗੂਆਂ ਦੇ ਦਬਾਅ ਹੇਠ ਆ ਕੇ ਅੱਗੇ ਖਿੱਚਣਾ ਚਾਹੁੰਦੀ ਹੈ, ਇਸ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੇ ਸਾਥੀ ਨੂੰ ਅਪੀਲ ਹੈ ਕਿ ਵੱਡੇ ਇਕੱਠ ਨਾਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਤਿਆਰ ਰਹਿਣ, ਤਰੀਕ ਸਮਾਂ ਅਤੇ ਸਥਾਨ ਬਾਰੇ ਜਲਦੀ ਦੱਸਿਆ ਜਾਵੇਗਾ ਜਿੱਤ ਲੜਦੇ ਲੋਕਾਂ ਦੀ। ਇਹ ਫਰੈਸ਼ਰ ਯੂਨੀਅਨ ਵੱਲੋਂ ਹੈ ਜੀ, ਐਂਟੀਟੀ ਫਰੈਸ਼ਰ ਯੂਨੀਅਨ ਵੱਲੋਂ ਮੈਸੇਜ ਕੱਢਿਆ ਗਿਆ, ਉਹਨਾਂ ਵੱਲੋਂ ਹਜੇ ਕਿਸੇ ਦਿਨ ਤਰੀਕ ਸਮੇਂ ਦਾ ਅਨਾਊਂਸਮੈਂਟ ਨਹੀਂ ਕੀਤੀ, ਉਹਨਾਂ ਵੱਲੋਂ ਰੈਲੀ ਧਰਨਾ ਕੋਈ ਰੋਸ ਪ੍ਰਦਰਸ਼ਨ ਦੀ ਵਿਉਂਤਬੰਦੀ ਬਣਾਈ ਜਾ ਰਹੀ ਹੈ। ਸੋ ਇੱਥੇ ਕਈ ਗੱਲਾਂ ਕਰਨ ਵਾਲੀਆਂ ਬਣਦੀਆਂ ਨੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪਿਛਲੇ ਦਿਨਾਂ ਦੇ ਵਿੱਚ ਅਧਿਆਪਕ ਵਰਗ ਨਾਲ ਮੀਟਿੰਗਾਂ ਕੀਤੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਿਆ ਜਾਊ, ਬਿੱਲ ਲਿਆਂਦਾ ਜਾਊ, ਫਿਰ ਅਗਲੀਆਂ ਪੋਸਟਾਂ ਕੱਢੀਆਂ ਜਾਣਗੀਆਂ, ਜਿਹਦੇ ਵਿੱਚ ਖਾਸ ਵੇਰਵਾ ਇਹ ਸੀਗਾ ਵੀ ਐਨਟੀਟੀ 83-93 ਦੀਆਂ ਪੋਸਟਾਂ ਫਿਰ ਕੱਢੀਆਂ ਜਾਣਗੀਆਂ। ਹੁਣ ਇੱਥੇ ਨਾਲ ਇੱਕ ਇਹ ਗੱਲ ਸੋਚਣ ਵਾਲੀ ਬਣਦੀ ਹੈ ਵੀ CM ਭਗਵੰਤ ਮਾਨ ਨੇ ਇਹ ਵੀ ਅਨਾਊਂਸਮੈਂਟ ਕਰ ਦਿੱਤੀ ਵੀ ਜਿਹੜਾ ਕੱਚੇ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਬਿੱਲ ਹੈ ਉਹ 'ਤੇ 5-6 ਮਹੀਨੇ ਲੱਗ ਸਕਦੇ ਆ। ਸੋ ਇਹ ਬਕਾਇਦਾ ਬੋਲੇ ਨੇ ਸੋਸ਼ਲ ਮੀਡੀਆ 'ਤੇ, ਉਹ ਸਿੱਧਾ ਸਪਸ਼ਟ ਵੀ 5-6 ਮਹੀਨੇ ਲੱਗ ਸਕਦੇ ਆ। ਜੇਕਰ ਐਨਟੀਟੀ 83-93 ਪੋਸਟਾਂ ਦੀ ਭਰਤੀ ਬਿੱਲ ਤੋਂ ਬਾਅਦ ਹੀ ਆਉਣੀ ਆ ਤਾਂ ਫਿਰ 6 ਮਹੀਨੇ ਦਾ ਇੰਤਜ਼ਾਰ ਕਰਨਾ ਪਊਗਾ ਜਾਂ ਫਿਰ ਸੰਘਰਸ਼ ਕਰਕੇ ਇਹਨਾਂ ਨੂੰ ਜਲਦੀ ਕਢਵਾਉਣਾ ਪਊਗਾ। ਸੋ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਦੇਖਦੇ ਹਾਂ ਕੀ ਨਿਬੜਦਾ ਅੱਗੇ। ਸੋ ਇਹ ਐਨਟੀਟੀ 83-93 ਪੋਸਟਾਂ ਦਾ ਜਿਹੜਾ ਇੰਤਜ਼ਾਰ ਹੈ ਉਹ ਬੇਸਬਰੀ ਨਾਲ ਪੰਜਾਬ ਦੇ ਵਿੱਚ ਬੇਰੁਜ਼ਗਾਰ ਲੋਕ ਅਤੇ ਜਿਹੜੇ ਪੰਜਾਬ ਦੇ ਵਿੱਚ ਕੱਚੇ ਅਧਿਆਪਕ ਕੰਮ ਕਰ ਰਹੇ ਨੇ ਉਹ ਵੀ ਇਹ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ, ਕਿਉਂਕਿ ਕੱਚੇ ਅਧਿਆਪਕਾਂ ਨੂੰ ਵੀ 50% ਇਹਦੇ ਵਿੱਚ ਜਿਹੜੀ ਹੈਗੀ ਹੈ ਭਾਗੀਦਾਰੀ ਹੈ, 50% ਪੋਸਟਾਂ ਉਹਨਾਂ ਨੂੰ ਮਿਲਣੀਆਂ ਨੇ ਕੱਚੇ ਅਧਿਆਪਕਾਂ ਨੂੰ ਜਿਹੜੇ 3 ਸਾਲ ਦਾ ਐਕਸਪੀਰੀਅੰਸ ਰੱਖਦੇ ਹੋਣਗੇ। ਸੋ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਜੀ 83-93 ਦੇ ਸੰਬੰਧ ਵਿੱਚ, ਦੇਖੋ ਅੱਗੇ ਕੀ ਨਿਬੜਦਾ। ਬਹੁਤ ਬਹੁਤ ਧੰਨਵਾਦ ਜੀ।